ਪੰਚਾਇਤੀ ਚੋਣਾਂ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੇ ਘਰ ਅੰਦਰੋਂ ਹੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਖਜਿੰਦਰ ਰੰਧਾਵਾ ਦੇ ਸਕੇ ਭਰਾ ਇੰਦਰਜੀਤ ਸਿੰਘ ਰੰਧਾਵਾ ਨੇ ਉਹਨਾਂ ਖਿਲਾਫ ਮੋਰਚਾ ਖੋਲਦਿਆਂ ਚੋਣਾਂ 'ਚ ਹੇਰਾਫੇਰੀ ਅਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ। ਇੰਦਰਜੀਤ ਨੇ ਡੇਰਾ ਬਾਬਾ ਨਾਨਕ 'ਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹਨਾਂ ਇਸ ਹੇਰਾਫੇਰੀ ਬਾਰੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਅਤੇ ਇਸ ਹਲਕੇ ਦੀਆਂ ਚੋਣਾਂ ਟਾਲਣ ਦੀ ਅਪੀਲ ਕੀਤੀ ਹੈ। ਸਿਰਫ ਇੱਕ ਨਾਮ ਦੀ ਇਲੈਕਸ਼ਨ ਆ, ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਇਲੈਕਸ਼ਨ ਜਿਹੜੀ ਹੈਗੀ ਸਾਨੂੰ ਇਲੈਕਸ਼ਨ ਪ੍ਰੋਸੈਸ ਦੇ ਉੱਤੇ ਸਾਨੂੰ ਕੋਈ ਇਹਦੇ ਉੱਤੇ ਇਤਬਾਰ ਨਹੀਂ ਹੈਗਾ, ਕੋਈ ਇਹਦੇ 'ਚ ਨਹੀਂ ਹੈਗਾ ਸਾਨੂੰ ਕਿ ਸਾਰੀਆਂ ਜਿਹੜੀਆਂ ਇਲੈਕਸ਼ਨ ਆ ਕੋਈ ਵਿਸ਼ਵਾਸ ਨਹੀਂ, ਇਹ ਬਿਲਕੁਲ ਦੇ ਬਿਲਕੁਲ ਐਵੇਂ ਕਰਨ ਦੇ ਇਲੈਕਸ਼ਨ ਆ, ਇਹ ਕੋਈ ਉਹਦੇ 'ਚ ਨਹੀਂ ਕੁਛ ਹੋ ਰਿਹਾ, ਇਹ ਜਿਹੜੀ ਹੈਗੀ ਆ ਬਿਲਕੁਲ ਇਹ ਇੱਕ ਢਕਾਉਂ ਜਿਹਾ, ਕੋਈ ਇਲੈਕਸ਼ਨ ਜੇ ਹੁੰਦੀ ਹੈਗੀ ਇਹ ਧੱਕੇਸ਼ਾਹੀ ਕਰਨ ਦੇ।